ਸਵਾਗਤ ਹੈ ਕਿਸਾਨ ਵੀਰ ਤੁਹਾਡਾ ਢਿੱਲੋਂ ਡੇਅਰੀ ਫਾਰਮ ਬਠਿੰਡਾ ਦੇ ਵਿੱਚ। ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ, ਆਪਣਾ ਮੋਬਾਈਲ ਨੰਬਰ ਹੈਗਾ 9871 7183। ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ, ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਬਾਕੀ ਆ ਨੰਬਰ ਬਾਈ ਦਾ ਸਕਰੀਨ 'ਤੇ ਚੱਲ ਰਿਹਾ, ਨੋਟ ਕਰ ਲਓ। ਅੱਜ ਦੀ ਵੀਡੀਓ ਆਪਾਂ ਪਿੰਡ ਰਣਸੀਂਹ ਕੇ, ਜ਼ਿਲ੍ਹਾ ਮੋਗਾ ਹੈ ਨਾ ਬਾਈ, ਜ਼ਿਲ੍ਹਾ ਮੋਗਾ ਅਤੇ ਤਹਿਸੀਲ ਨਿਹਾਲ ਸਿੰਘ ਵਾਲਾ। ਨਿਹਾਲ ਸਿੰਘ ਵਾਲੇ ਦੇ ਨੇੜੇ ਪਿੰਡ ਆ, ਅਤੇ ਜਿਵੇਂ ਤੁਸੀਂ ਮੰਗ ਕਰਦੇ ਹੁੰਦੇ ਮੋਹਰਾ ਨਸਲ ਦੀ ਵੀ ਆ ਅਤੇ ਬੂਰੀ ਵੀ ਆ, ਦੁਨੇ ਝੋਟੀਆਂ ਦੁਨੇ ਰੰਗ ਆ। ਵੀਡੀਓ ਦੇ ਵਿੱਚ ਦੁਨੇ ਤੁਹਾਨੂੰ ਦਿਖਾਵਾਂਗੇ, ਬਾਈ ਜੀ ਨਾਲ ਕਰਾਵਾਂਗੇ ਗੱਲਬਾਤ। ਆ ਜਾਓ ਬਾਈ ਨੇਕ ਉਰੇ, ਅਤੇ ਸਤਿ ਸ਼੍ਰੀ ਅਕਾਲ ਬਾਈ ਨੇਕ, ਹੋਰ ਠੀਕ ਠਾਕ ਹੋ ਜੀ? ਅਤੇ ਵੀਰੇ ਨੰਬਰ ਬੋਲੀ 98-5-250। ਦੁਬਾਰਾ ਫੇਰ ਕਰ ਦਿਓ ਰਿਪੀਟ, 98-5-250। ਅਤੇ ਪਿੰਡ ਰਸੀਂਹ ਕਲਾਂ, ਅਤੇ ਜ਼ਿਲ੍ਹਾ ਮੋਗਾ, ਨੇੜੇ ਨਿਹਾਲ ਸਿੰਘ ਵਾਲਾ, ਨਿਹਾਲ ਸਿੰਘ ਵਾਲੀ ਤਹਿਸੀਲ ਆ। ਓਕੇ, ਅਤੇ ਬਾਈ ਅੱਜ ਦੋ ਨਾਗ ਦਿਖਾਉਣੇ ਆਪਾਂ, ਅਤੇ ਜਿਹੜੀ ਆਪਾਂ ਪਹਿਲੇ ਨੰਬਰ 'ਤੇ ਗੱਲ ਕਰ ਲਈਏ ਬੂਰੀ ਦੀ, ਇਹਦੀ ਮੰਗ ਵੀ ਬਹੁਤ ਜ਼ਿਆਦਾ ਹੈ ਹੈ ਨਾ, ਅਤੇ ਕੀ ਡਿਟੇਲ ਆ ਬਈ, ਕਿੰਨੇ ਦਿਨ ਕੱਟੂਗੇ? 6-7 ਦਿਨ ਪਏ। 6-7 ਦਿਨ ਪਏ ਆ, ਅਤੇ ਮਾਲ ਤੀਜਾ ਸੂਆ ਹੈਗਾ? ਤੀਜਾ ਸੂਆ। ਮਾਲਕਾਂ ਨੇ ਦੂਜੇ ਸੂਏ ਦਾ ਦੁੱਧ ਕਿੰਨਾ ਦੱਸਿਆ ਜੀ? ਇਹ ਦੱਸਿਆ 14-15 ਕਿੱਲੋ। 14-15 ਕਿੱਲੋ, ਜਾਂ ਕੱਢ ਦੂਗੀ ਅਤੇ ਦਿਨ ਲੈ ਜੂਗੀ 5-6। ਹਾਂਜੀ, ਅਤੇ ਕੱਢ ਲਓ ਇਹਨੂੰ ਬਾਹਰ ਨੂੰ ਤੋਰ ਕੇ ਦਿਖਾ ਦਈਏ। ਆਹ ਦੇਖੋ ਜੀ, ਥਾਣ ਲਿਆ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਉਂਦਾ, ਚੀਪੇ ਚੁੱਪੇ ਦੀ ਓਕੇ ਆ ਬਾਈ ਨੇ? ਹਾਂਜੀ ਹਾਂਜੀ ਓਕੇ। ਆਹ ਦੇਖੋ ਫੇਸ, ਦੇਖੋ 1 ਨੰਬਰ ਫੇਸ ਹੈਗਾ, ਅਤੇ ਬਾਕੀ ਦਾ ਪਿਓਰ ਬੂਰੀ ਹੈਗੀ ਆ ਜਮਾਂ, ਅਤੇ ਬਾਕੀ ਦੀ ਗੱਲ ਕੱਦ ਕਾਠ ਦੀ ਕੋਈ ਵੀ ਘਾਟ ਨਹੀਂ, ਅਤੇ ਲੇਵਾ ਹੁਣ ਵੀ ਬਥੇਰਾ ਤਿਆਰ ਕਰੀ ਫਿਰਦੀ ਆ, ਅਤੇ ਚਮਕ ਜਿਵੇਂ ਸਿਉਣਾ ਚਮਕਦਾ ਹੁੰਦਾ ਨਾ ਬੂਰੀ, ਇਸ ਤਰ੍ਹਾਂ ਦੀ ਹੈਗੀ, ਕੋਈ ਐਂ ਨਹੀਂ ਹੈਗਾ ਵੀ ਕੋਈ ਲੋਹੀ ਜੀ ਆ। ਆਹ ਦੇਖੋ ਜੀ, ਸਿਫਤ ਕਰਨਾ ਇਹ ਚੀਜ਼ ਦੀ ਜ਼ਰੂਰ ਸਿਫਤ ਕਰੀ ਜਾਂਦੀ ਆ। ਦੇਖੋ ਕੁੰਬਲਾ ਵਗੈਰਾ ਭੋਰਾ ਵੀ ਨਹੀਂ, ਅਤੇ ਬਾਕੀ ਦਾ ਮਿਲਕ ਵੇਨ ਦੇਖੋ ਚੰਗੀ ਹੈਗੀ। ਆਹ ਦੇਖੋ ਜੀ, ਕਮਾਲ ਦੀ ਝੋਟੀ ਆ, ਸੂਆ ਰੀ ਨਾਲ ਤੀਜਾ, ਹੋਰ ਵੀਰ ਇਹਨੂੰ ਇਹੋ ਜਿਹੀ ਨੂੰ ਦੂਜਾ ਵੀ ਕਹਿ ਦਿੰਦੇ ਆ, ਅਤੇ ਬਾਈ ਨੇ ਸਹੀ ਗੱਲ ਕਰੀ ਆ ਜਮਾਂ। ਅਤੇ ਆਹ ਦੇਖੋ ਨੇੜ ਤੋਂ ਮੈਂ ਕਰਾਵਾਂ ਇਹ ਥਾਂ ਤੁਹਾਨੂੰ ਚੈੱਕ, ਆਹ ਕਰੋ ਜੀ ਚੈੱਕ, ਅਤੇ ਸੀਲ ਸੂਲ ਪੂਰੀ ਆ ਹੈ ਨਾ ਨੇਕ? ਹਾਂਜੀ ਪੂਰੀ। ਅਤੇ ਨੇਕ ਕੀ ਡਿਮਾਂਡ ਆ ਇਹਦੀ? ਬੂਰੀ ਦਿਖਾਤੀ, ਆਹ ਦੇਖੋ ਪਿਓਰ ਮੋਹਰਾ ਵਾਲੀ ਹੈ ਨਾ, ਇਹ ਵੀ ਦੂਜਾ, ਕਿੰਨੇ ਦਿਨ ਕੱਟ ਜੂ ਬਾਈ? ਕੱਦ ਕਾਠ ਦੀ ਕੋਈ ਕਮੀ ਨੀ ਹੈ ਨਾ ਨੇਕ? ਅੱਛਾ, ਤੇ ਇਹਦਾ ਕੀ ਰਿਕਾਰਡ ਰਿਹਾ ਪਹਿਲੇ ਸੂਏ ਦਾ? 10-11 ਕਿੱਲੋ ਚੋਇਆ, ਤੇ ਐਤਕੀ ਬਥੇਰਾ ਤਿਆਰ ਕਰੀ ਫਿਰਦੀ, ਕੱਢ ਲਾ ਬਾਈ ਬਾਹਰ ਨੂੰ ਤੋਰ ਕੇ ਦਿਖਾ ਦਈਏ। ਤੇ ਦੇਖੋ ਸਿੰਘ ਸੁੰਘ ਪੂਰਾ ਚੰਗਾ, ਬਾਕੀ ਦੀ ਗੱਲ ਬਰੀਕ ਕੁੰਬਲੇ ਦੀ, ਕੋਈ ਸੀਨੇ ਦੀ ਭਾਰੀ ਨੀ, ਤੇ ਸਿੰਗਲ ਹੱਡੀ ਦੀ ਝੋਟੀ ਹੈਗੀ। ਆਹ ਦੇਖੋ, ਕਰੋ ਚੈੱਕ, ਲੈ ਚਲੋ ਵੀਰੇ, ਆਹ ਦੇਖੋ। ਅਤੇ ਕੱਦ ਕਾਠ 22 ਦਾ ਵੀ 6 ਫੁੱਟ ਤੋਂ ਪਲੱਸ ਹੀ ਆ, ਅਤੇ ਕਰ ਲਓ ਝੋਟੀ ਚੈੱਕ, ਪੂਰੀ ਚੰਗੀ ਹੈਗੀ, ਮੋੜ ਲਿਓ ਜੀ। ਅਤੇ ਆਹ ਦੇਖੋ ਜੀ, ਫੇਸ ਦੇਖੋ ਕਿੰਨਾ ਪਿਆਰਾ ਜੀ, ਕਰੋ ਚੈੱਕ, ਆਹ ਦੇਖੋ, ਠੀਕ ਹੈ, ਕਰੋ ਚੈੱਕ, ਮੈਂ ਨੇੜ ਤੋਂ ਤੁਹਾਨੂੰ ਥਾਣ ਲਿਆ ਫੇਰ ਚੈੱਕ ਕਰਾ ਦਿਆਂ। ਇਹ ਆਹ ਦੇਖੋ ਬਟਨ ਵੀ ਹੈਗੇ ਝੋਟੀ ਦੇ, ਬਟਨ ਵਾਲੀ ਆਪਾਂ ਜਿਹਨੂੰ ਕਹਿ ਦਿੰਦੇ, ਦੂਜੀ ਸਾਈਡ ਦੇ ਥਾਣ ਚੈੱਕ ਕਰ ਲਓ, ਅਤੇ ਕਰੋ ਚੈੱਕ ਫੇਸ ਕਿੰਨਾ ਪਿਆਰਾ। ਅਤੇ ਡਿਮਾਂਡ ਬਾਈ ਕਹਿੰਦਾ ਦੋਨਾਂ ਦੀ ਫੋਨ 'ਤੇ ਹੋਊਗੀ, ਅਤੇ ਨੰਬਰ ਬਾਈ ਫਿਰ ਬੋਲਦੇ, 98-5-250-231, ਪਿੰਡ ਰਣਸਿੰਘ, ਪਿੰਡ ਰਣਸਿੰਘ। ਅਤੇ ਇੱਕ ਆਪਾਂ ਹੋਰ ਕਨਫਰਮ ਕਰਾ ਦਈਏ, ਕੋਈ ਬਾਈ ਜੇ ਫੋਨ ਲਾਵੇ, ਕਦੋਂ ਵੀ ਪਸ਼ੂ ਹੁੰਦੇ ਆਪਣੇ ਕੋਲ? ਹਾਂਜੀ ਹਾਂਜੀ ਹੁੰਦੇ, ਠੀਕ ਆ, ਤੋਕੜਾਂ ਵੀ ਹੁੰਦੀਆਂ, ਸੱਜਰਾਂ ਵੀ ਹੁੰਦੀਆਂ, ਸੱਜਰਾਂ ਵੀ, ਗਾਂਗਾਂ ਵੀ, ਅਤੇ ਵਪਾਰ ਦਾ ਹੀ ਆਪਣਾ ਕੰਮ? ਹਾਂਜੀ ਵਪਾਰ ਦਾ, ਠੀਕ ਆ, ਪਿੰਡ ਰਣਸਿੰਘ। ਅਤੇ ਨੰਬਰ ਹੈਗਾ 98-5-250-231। ਓਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ।